कल असी वड्डी ब्रेकिंग न्यूज जिहड़ी है तुहाडे नाल शेयर कीती सीगी। कम्यूनिटी दे विच जानी पहचानी शख्सियत रौन चट्ठा साहब ने अपनी पोजीशन जिहड़ी है उहदे तों हट गए ने। पील पुलिस बोर्ड दे चेयर ने रहे ने रौन चट्ठा साहब। असीं दस दईए कि पहलां एक टर्म उन्होंने अपनी पूरी कर ली सीगी, सैकेंड टर्म जिहड़ी सीगी उहनां दी 3 साल दी टर्म हुंदी है। सो जनवरी 2022 ਦੇ ਵਿੱਚ ਦੁਬਾਰਾ ਤੋਂ ਉਹਨਾਂ ਦੀ ਸੈਕੰਡ ਟਰਮ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ ਸੀ 3 ਸਾਲ ਦੀ। ਅਸੀਂ ਦੱਸ ਦਈਏ ਕਿ ਇਹਦੇ ਵਿੱਚ ਪੀਲ ਪੁਲਿਸ ਬੋਰਡ ਦੇ ਉਹ ਚੇਅਰ ਸੀਗੇ। ਰੌਨ ਚੱਟਾ ਸਾਹਿਬ ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ ਹੈਗਾ ਹੈ ਕਿ ਜੋ ਵੀ ਉਹਨਾਂ ਨੇ ਤਰੱਕੀ ਕੀਤੀ ਹੈਗੀ ਆ ਉਹਦੇ ਬਾਰੇ ਉਹ ਹੀ ਇਜ਼ ਇਮੈਂਸਲੀ ਪ੍ਰਾਊਡ, ਔਰ ਜੋ ਉਹਨਾਂ ਦਾ ਵਿਜ਼ਨ ਸੀਗਾ ਫਾਰ ਅ ਸੇਫਰ ਕਮਿਊਨਿਟੀ ਟੁਗੈਦਰ ਉਹ ਵਿਜ਼ਨ ਉਹਨਾਂ ਨੇ ਲਾਗੂ ਕਰਨ ਦੀ ਗੱਲ ਜਿਹੜੀ ਆਪਣੀ ਸਟੇਟਮੈਂਟ ਦੇ ਵਿੱਚ ਕਹੀ ਹੈ। रौन चट्ठा उन्होंने अपनी स्टेटमेंट जो किया है कि उन्होंने जो हम ट्रांजिशन होगी उन्होंने रोल की, और जो इस वेले अथॉरिटीज ने वह भी हम अस दईए कि ट्रांजिशन वास्ते वो देख रहे हैं कि किनू हम पील पुलिस बोर्ड का जो नवा चेयर है वह बनाया जाएगा। अज दिन इसलिए भी बड़ा इंपॉर्टेंट है क्योंकि पील पुलिस बोर्ड से एक होर जो सिविलियन मैंबर एक होर आना है बोर्ड के उत्ते ਉਹਦੇ ਵਾਸਤੇ ਵੀ ਅੱਜ ਫੈਸਲਾ ਹੋਣਾ ਹੈ। 2 ਕੈਂਡੀਡੇਟਸ ਉਹਦੇ ਵਾਸਤੇ ਨੇ, ਔਰ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਸ਼ਾਮ ਨੂੰ ਪੂਰੀ ਡਿਟੇਲ ਰਿਪੋਰਟ ਜਿੱਥੇ ਕਿ ਕਿਹੜਾ ਜਿਹੜਾ ਨਵਾਂ ਕੈਂਡੀਡੇਟ ਆ ਰਿਹਾ। ਇਸ ਦਰਮਿਆਨ ਰੌਨ ਚੱਠਾ ਸਾਹਿਬ ਪੀਲ ਪੁਲਿਸ ਬੋਰਡ ਦੇ ਚੇਅਰ ਤੋਂ ਉਹਨਾਂ ਦਾ ਡਿਪਾਰਚਰ ਹੋਇਆ, ਤੋਂ ਕੀ ਇਹ ਸਾਰੀ ਡਿਵੈਲਪਮੈਂਟਸ ਨੇ, ਅੱਜ ਕੌਣ ਨਵਾਂ ਮੈਂਬਰ ਜਿਹੜਾ ਉਹ ਬੋਰਡ ਦਾ ਚੇਅਰ ਬਣ ਰਿਹਾ ਜਾਂ ਫਿਰ ਨਵਾਂ ਮੈਂਬਰ ਜਿਹੜਾ ਆ ਰਿਹਾ ਹੈਗਾ। ਸੋ ਇਹ ਮੀਟਿੰਗ ਬੜੀ ਇੰਪੋਰਟੈਂਟ ਹੈ ਜਿਹੜੀ ਅੱਜ ਉੱਥੇ ਪੀਲ ਪੁਲਿਸ ਬੋਰਡ ਦੇ ਵਿੱਚ ਹੋ ਰਹੀ ਹੈ। ਸੋ ਤੁਹਾਨੂੰ ਲਗਾਤਾਰ ਚੈਨਲ ਵਾਈ ਦੇ ਉੱਤੇ ਇਹਦੇ ਬਾਰੇ ਅਪਡੇਟਡ ਰੱਖਾਂਗੇ।